रिमिशन पॉलिसीज बनी हुई ने उहदे तहत जिहड़े बहुगिणती कैदी सीगे उन्हां दा एक्सेप्ट कर लिया गया। सिर्फ दो जिहड़े कि हीनियस रेयर ऑफ रेयर कैटेगरी दे विच आउंदे सीगे ਉਹਨਾਂ ਨੂੰ ਜਿਹੜਾ ਡਿਨਾਈ ਕੀਤਾ ਗਿਆ, ਬਾਕੀ ਸਾਰੇ ਨੇ ਜਿਹੜੇ ਉਹਨਾਂ ਨੂੰ ਨਵਜੋਤ ਸਿੰਘ ਸਿੱਧੂ ਕੱਲ ਰਿਹਾ ਉਰੇ ਨਵਜੋਤ ਸਿੰਘ ਸਿੱਧੂ ਦਾ ਨਾਮ ਐਡਿਟ ਕੀਤਾ ਗਿਆ ਕਿ ਉਹ ਕੱਲ ਪਟਿਆਲਾ ਜੇਲ੍ਹ ਤੋਂ ਬਾਹਰ ਆ ਰਹੇ ਨੇ। ਹਾਂ ਠੀਕ ਹੈ, ਦੇਖੋ ਇਸ ਤਰ੍ਹਾਂ ਕਿ ਉਹਨਾਂ ਦਾ ਕੇਸ ਹੈ ਜਿਹੜਾ ਉਹ ਕੈਬਨਿਟ ਦੇ ਵਿੱਚ ਨਾ ਆਉਣਾ ਸੀਗਾ ਨਾ ਹੀ ਪਾਲਿਸੀ ਮੁਤਾਬਕ। ਉਹਨਾਂ ਦੇ ਜੇ ਕੱਲ ਨੂੰ ਪੂਰਾ ਪੀਰੀਅਡ ਪੂਰਾ ਹੋ ਰਿਹਾ ਤੇ ਕੱਲ ਨੂੰ ਰਿਹਾ ਹੋ ਜਾਣਗੇ, ਉਹ ਚ ਕੋਈ ਦਿੱਕਤ ਹੀ ਕੋਈ ਨਹੀਂ ਹੈ। ਪਾਲਿਸੀ ਦਾ ਤਾਂ ਨਹੀਂ ਆ ਉਹ, ਨਹੀਂ 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 ਪਾਲਿਸੀ ਦਾ ਸਵਾਲ ਨਹੀਂ ਨਾ ਹੈ ਜੀ। ਪਾਲਿਸੀ ਦੇ ਵਿੱਚ ਜਿੰਨਾ ਕੈਦੀਆਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਹੁੰਦੀਆਂ ਨੇ ਤੇ ਨੀਚੋਂ ਉਹਨਾਂ ਦਾ ਜਿਹੜੀ ਟਰਮ ਜੇ ਸਪੋਜ਼ ਉਹ ਮੇਰੇ ਖਿਆਲ 'ਚ ਡੇਢ ਕੇ ਦੋ ਮਹੀਨੇ ਦਾ ਉਹਨਾਂ ਨੂੰ ਐਡਵਾਂਟੇਜ ਹੈ ਜਿਹੜਾ ਉਹ ਸਰਕਾਰ ਵੱਲੋਂ ਉਹ ਜੇ ਇੱਕ ਸਾਲ ਦੀ ਸਜ਼ਾ ਹੋਵੇ ਤਾਂ ਉਹਦੇ ਵਿੱਚ ਹੁੰਦਾ ਕਿ ਸ਼ਾਇਦ 3 ਦਿਨ ਦਾ ਪਰ ਮੰਥ ਹੈ ਜਿਹੜਾ ਉਹਨਾਂ ਨੂੰ ਜਿਹੜੀ ਉਹ ਐਡਵਾਂਟੇਜ ਲੈ ਸਕਦੇ ਨੇ। ਉਹਦੇ ਤਹਿਤ ਸਰਕਾਰ ਨੇ ਮਾਨ ਸਾਹਿਬ ਨੇ ਬੜੀ ਦਰਿਆਦਿਲੀ ਦੇ ਨਾਲ ਉਹ ਫੈਸਲਾ ਕੀਤਾ ਅਤੇ ਉਹਦੇ ਮੁਤਾਬਕ ਕੱਲ੍ਹ ਨੂੰ ਐਜ਼ ਪਰ ਪੋਲਿਸੀ ਜਿਹੜਾ ਹੈ ਉਹਨਾਂ ਨੂੰ ਰਿਹਾਈ ਹੈ ਜਿਹੜੀ ਹੋ ਜਾਣੀ ਹੈ। 26 ਜਨਵਰੀ ਵਾਲਾ ਵੀ ਇੱਕ ਤੁਹਾਡਾ ਏਜੰਡਾ ਸੀਗਾ ਕਿ ਜੀ 26 ਜਨਵਰੀ ਆਜ਼ਾਦੀ ਦੇ ਅੰਮ੍ਰਿਤ ਮਹਾਉਤਸਵ ਦੇ ਤਹਿਤ ਕੁਝ ਕੈਦੀ ਰਿਹਾ ਕੀਤੇ ਜਾ ਰਹੇ ਆ, ਉਸ ਏਜੰਡੇ ਬਾਰੇ ਥੋੜੀ ਡਿਟੇਲ ਦਿਓਗੇ? ਨਹੀਂ ਨਹੀਂ ਉਹ ਬੇਸਿਕਲੀ ਸੀਗਾ ਜੀ ਕਿ ਜਿਹੜੇ ਕੈਦੀਆਂ ਦਾ ਦੇ ਕੁਝ ਕੈਟੇਗਰੀ ਸੀਗੀ, ਪਹਿਲਾਂ ਵੀ ਦੋ ਕੈਟੇਗਰੀ ਕੈਟੇਗਰੀ 1 or 2 ਵਿੱਚ ਫੈਸਲਾ ਹੋ ਚੁੱਕਿਆ। ਕੈਟੇਗਰੀ ਸੀ ਦੇ ਵਿੱਚ ਦੇਖੋ ਇਹਦੇ ਵਿੱਚ ਨਾ ਜੀ ਜਿਹੜੇ ਕੈਦੀਆਂ ਨੂੰ ਰਿਮਿਸ਼ਨ ਮਿਲਦੀਆਂ ਨੇ ਨਾ ਜੀ ਉਹ ਅਲੱਗ ਅਲੱਗ ਕੈਟੇਗਰੀਜ਼ ਦੇ ਵਿੱਚ ਮਿਲਦੀਆਂ ਨੇ, ਉਹਦੇ ਵਿੱਚ ਵੀ ਜਿਹੜਾ ਫੈਸਲਾ ਉਹ ਲਿਆ ਗਿਆ ਕਿ ਉਹ ਵੀ ਬੜੀ ਜਲਦੀ ਹੀ ਪੂਰਾ ਹੋਏਗਾ। ਸਰ ਹੁਣ ਕੱਲ੍ਹ ਛੱਡੇ ਜਾਣ ਗਈ ਆ ਵਿਸਾਖੀ ਵਾਲੇ ਦਿਨ ਜਿਹੜੇ ਨੇ? ਨਹੀਂ 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 ਕੱਲ੍ਹ ਨੂੰ ਸਾਡੇ ਵੱਲੋਂ ਦੇਖੋ ਸਰਕਾਰ ਜਦੋਂ ਉਹਨਾਂ ਨੇ ਕਾਨੂੰਨ ਮੁਤਾਬਕ ਆਪਦੀ ਸਜ਼ਾ ਵਿਦ ਐਡਵਾਂਟੇਜ ਡੇਢ ਕੁ ਮਹੀਨੇ ਦਾ ਜਿਹੜਾ ਐਡਵਾਂਟੇਜ ਮਿਲਦਾ ਜਦੋਂ ਕੱਲ੍ਹ ਨੂੰ ਪੂਰੀ ਹੋ ਜਾਂਦੀ ਹੈ ਅਤੇ ਕੱਲ੍ਹ ਨੂੰ ਉਹ ਰਿਲੀਜ਼ ਹੋਣਗੇ। ਸਿੱਧੂ ਵੀ ਕੱਲ੍ਹ ਰਿਹਾ ਹੋ ਰਿਹਾ, ਉਹਨਾਂ ਵੱਲੋਂ ਟਵੀਟ ਕੀਤਾ ਗਿਆ ਕਹਿੰਦੇ ਜੀ ਕਿ ਅਥਾਰਟੀ ਨੇ ਜਾਣਕਾਰੀ ਦਿੱਤੀ ਹੈ ਬਹੁਤ ਸਾਰੇ ਕੈਦੀਆਂ ਦਾ ਇਨ ਨਾਰਮਲ ਰੂਟੀਨ ਹੀ ਹੋ ਜਾਂਦਾ। ਸੋ ਉਹਨਾਂ ਦਾ ਜਦੋਂ ਹਾਂ ਉਹ ਜਿਹੜੀ ਇੱਕ ਐਡਵਾਂਟੇਜ ਡੇਢ ਮਹੀਨੇ ਦੀ ਜਿਹੜੀ ਉਹਨਾਂ ਨੂੰ ਮਿਲ ਸਕਦੀ ਹੈ ਉਹ ਸੀਐਮ ਸਾਹਿਬ ਨੇ ਇਨ ਪ੍ਰਿੰਸੀਪਲੀ ਕਿ ਹਾਂ ਜੋ ਅਸੀਂ ਕੋਈ ਨਾ ਕਿਸੇ ਪੋਲੀਟੀਕਲ ਵਿਚ ਹੰਟਿੰਗ ਦੇ ਤਹਿਤ ਨਾ ਕੋਈ ਪੋਲੀਟੀਕਲ ਸਪੈਸ਼ਲ ਰਿਲੈਕਸੇਸ਼ਨ ਹੈ ਜਿਹੜੀ ਉਹ ਕਾਨੂੰਨ ਤੋਂ ਉੱਪਰ ਹੋ ਕੇ ਦਿੱਤੀ ਵੀ ਨਹੀਂ ਜਾ ਸਕਦੀ ਹੈਗੀ। ਜਿਹੜਾ ਉਹ ਡੇਢ ਮਹੀਨੇ ਦੀ ਉਹਨਾਂ ਦੀ ਹਜੇ ਟਰਮ ਪਈ ਹੈ ਉਹ ਵੀ ਕੋਈ ਡਿਨਾਈ ਨਹੀਂ ਕੀਤਾ ਹੈਗਾ ਉਹਨਾਂ ਦਾ, ਬਾਕੀ ਕੈਦੀਆਂ ਦੀ ਤਰ੍ਹਾਂ ਕਾਨੂੰਨ ਦੇ ਤਹਿਤ ਜਦੋਂ ਉਹਨਾਂ ਦਾ ਹੱਕ ਬਣਦਾ ਤੇ ਉਹਨਾਂ ਨੂੰ ਕੱਲ ਨੂੰ ਮਿਲੂਗਾ ਤੇ ਉਹ ਆਪਦਾ ਰਿਹਾ ਹੋ ਕੇ ਕੱਲ ਨੂੰ ਕਰ ਜਾ ਸਕਦੇ। ਭਗਵੰਤ ਮਾਨ ਤੋਂ